ਹੈਲੋ ਆਲ ਆਫ ਯੂ ਆਈ ਹੋਪ ਕਿ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਅੱਜ ਦੇ ਨੋਟਸ ਸਬੰਧਤ ਹੈ ਜੀ ਪੀਐਸ ਟੈਟ ਦੇ ਪੰਜਾਬੀ ਸਬਜੈਕਟ ਦੇ ਨਾਲ ਇਹਦੇ ਵਿੱਚ ਅੱਜ ਫਿਰ ਤੁਹਾਨੂੰ ਜੜੀ ਕੁਝ ਨਾ ਕੁਝ ਜੜੀ ਨੌਲੇਜ ਮੈਂ ਪ੍ਰੋਵਾਈਡ ਕਰਵਾਵਾਂਗੀ ਜੋ ਕਿ ਤੁਹਾਡੀ ਪੀਐਸ ਟੈਟ ਨੂੰ ਕੁਆਲੀਫਾਈ ਕਰਨ ਦੇ ਵਿੱਚ ਤੁਹਾਡੀ ਹੈਲਪ ਕਰੇਗੀ ਇਸ ਤੋਂ ਪਹਿਲਾਂ ਵੀ ਆਪਣੀਆਂ ਵੀਡੀਓਜ਼ ਜਿਹੜੀਆਂ ਨੇ ਉਹ ਬਣੀਆਂ ਹੋਈਆਂ ਨੇ ਤੇ ਇਹ ਵੀ ਜਿਹੜੀਆਂ ਵੀਡੀਓਜ਼ ਐ ਨੈਕਸਟ ਮਤਲਬ ਉਹਨਾਂ ਦੇ ਨਾਲ ਅੱਗੋਂ ਜਿਹੜੀਆਂ ਸੰਬੰਧਿਤ ਨੇ ਪਲੇਲਿਸਟ ਆਪਣੀ ਬਣੀ ਹੋਈ ਹੈ ਤੇ ਉਸ ਪਲੇਲਿਸਟ ਦੇ ਵਿੱਚੋਂ ਤੁਹਾਨੂੰ ਸੀਕੁਐਂਸ ਵਾਈਜ਼ ਵੀਡੀਓਜ਼ ਮਿਲ ਜਾਣਗੀਆਂ ਵੀਡੀਓ ਵਧੀਆ ਲੱਗੇ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਸ਼ਟਾਰਟ ਕਰਦੇ ਆਂ ਜੀ ਆਪਾਂ ਬਿਨਾ ਟਾਈਮ ਵੇਸਟ ਕੀਤੇ ਆਂ ਜੋ ਕੋ ਜ ਆਪਾਂ ਜਿਹੜੀਆਂ ਪੁਰਾਣੀ ਵੀਡੀਓਜ਼ ਦੇ ਵਿੱਚ ਆਪਾਂ ਕੁਝ ਟੌਪਿਕ ਕੀਤੇ ਸੀ ਉਹਦੇ ਨਾਲ ਸੰਬੰਧਿਤ ਕੁਝ ਜਿਹੜੀ ਆਪਾਂ ਇੱਥੇ ਵੀ ਜਿਹੜਾ ਹੈ ਗੱਲ ਕਰਾਂਗੇ ਸਟਾਰਟਿੰਗ ਦੇ ਵਿੱਚ ਬਾਕੀ ਨਿਊ ਹੀ ਸਾਰਾ ਕੁਝ ਸਟਾਰਟ ਹੋ ਜਾਵੇਗਾ ਫਰਸਟ ਹੈ ਜੀ ਪੰਜਾਬੀ ਵਿੱਚ ਸੁਰ ਕਿੰਨੇ ਹੁੰਦੀਆਂ ਨੇ ਕਿੰਨੇ ਸੁਰ ਹੁੰਦੇ ਆ ਜੀ ਪੰਜਾਬੀ ਦੇ ਵਿੱਚ ਪੰਜਾਬੀ ਦੇ ਵਿੱਚ ਜਿਹੜੇ ਤਿੰਨ ਸੁਰ ਨੇ ਉੱਚੀ ਆਵਾਜ਼ ਮੱਧਮ ਆਵਾਜ਼ ਤੇ ਨੀਵੀਂ ਆਵਾਜ਼ ਜਿਵੇਂ ਕਿ ਮੈਂ ਬਹੁਤ ਉੱਚੀ ਬੋਲਾਂ ਫਿਰ ਮੈਂ ਬਹੁਤ ਸਲੋ ਮੱਧਮ ਜਿਹਾ ਬੋਲਾਂ ਤੇ ਮੈਂ ਬਹੁਤ ਹੀ ਨੀਵਾ ਬੋਲਾਂ ਠੀਕ ਹੈ ਜੀ ਮਤਲਬ ਉੱਚੀ ਮੱਧਮ ਤੇ ਨੀਵੀ ਮਤਲਬ ਇਹਨਾਂ ਦਾ ਜਿਹੜਾ ਸੁਰ ਆ ਆਪਾਂ ਜਦੋਂ ਬੋਲਦੇ ਆ ਬਹੁਤ ਉੱਚੀ ਬੋਲਦੇ ਆ ਮੱਧਮ ਜਾਂ ਬੋਲਦੇ ਆ ਨੀਵਾ ਬੋਲਦੇ ਆ ਠੀਕ ਹੈ ਬਹੁਤ ਹੌਲੀ ਬੋਲਦੇ ਆ ਮਤਲਬ ਉਹ ਗੱਲ ਹੋਈ ਹੈ ਸੋ ਪੰਜਾਬੀ ਕੁਐਸਚਨ ਆ ਜਾਂਦਾ ਹੁੰਦਾ ਪੀਐਸਟੈਟ ਦੇ ਵਿੱਚ ਪੰਜਾਬੀ ਵਿੱਚ ਸੁਰ ਕਿੰਨੇ ਹੁੰਦੇ ਹਨ ਸੋ ਪੰਜਾਬੀ ਦੇ ਵਿੱਚ ਤਿੰਨ ਸੁਰ ਹੁੰਦੇ ਨੇ ਤਿੰਨ ਸੁਰ ਕਿਹੜੇ ਨੇ ਉੱਚੀ ਮੱਧਮ ਤੇ ਨੀਵੀ ਠੀਕ ਹੈ ਜੀ ਨੈਕਸਟ ਹੈ ਜੀ ਪੰਜਾਬੀ ਵਿੱਚ ਸ਼ਬਦ ਅਗੇਤਰ ਵਾਲੇ ਵੀ ਹਨ ਜੇਕਰ ਪੰਜਾਬੀ ਦੀ ਆਪਾਂ ਗੱਲ ਕਰੀਏ ਤਾਂ ਇਹਦੇ ਵਿੱਚ ਜਿਹੜੇ ਸ਼ਬਦਾਂ ਦੀ ਗੱਲ ਕਰੀਏ ਤਾਂ ਇਹ ਅਗੇਤਰ ਵਾਲੇ ਵੀ ਹਨ ਅਤੇ ਆਪਾਂ ਛੇਤਰ ਵਾਲੇ ਸ਼ਬਦ ਵੀ ਹਨ ਤੇ ਸਭ ਤੋਂ ਜ਼ਿਆਦਾ ਜਿਹੜੇ ਸ਼ਬਦ ਨੇ ਉਹ ਪੁਛੇਤਰ ਵਾਲੇ ਨੇ ਠੀਕ ਹੈ ਪੰਜਾਬੀ ਦੇ ਵਿੱਚ ਜਿਹੜੇ ਸ਼ਬਦ ਨੇ ਉਹ ਅਗੇਤਰ ਵਾਲੇ ਵੀ ਹਨ ਤੇ ਪੁਛੇਤਰ ਵਾਲੇ ਵੀ ਹਨ ਤੇ ਸਭ ਤੋਂ ਜ਼ਿਆਦਾ ਜੇਕਰ ਸ਼ਬਦਾਂ ਦੀ ਗੱਲ ਕਰੀਏ ਤਾਂ ਉਹ ਪੁਛੇਤਰ ਵਾਲੇ ਹਨ ਨੈਕਸਟ ਹੈ ਜੀ ਗੁਰਮੁਖੀ ਲਿਪੀ ਦਾ ਜਨਮ ਪ੍ਰਾਤਨ ਕਿਸ ਲਿਪੀ ਵਿੱਚ ਹੋਇਆ ਸੋ ਗੁਰਮੁਖੀ ਲਿਪੀ ਦੀ ਗੱਲ ਕਰੀਏ ਆਪਾਂ ਤਾਂ ਇਹਨਾਂ ਦਾ ਜਨਮ ਜਿਹੜਾ ਉਹ ਪ੍ਰਾਤਨ ਕਿਸ ਲਿਪੀ ਦੇ ਵਿੱਚ ਹੋਇਆ ਹੈ ਉਹ ਬ੍ਰਹਮੀ ਲਿਪੀ ਦੇ ਵਿੱਚ ਹੋਇਆ ਠੀਕ ਹੈ ਜੀ ਗੁਰਮੁਖੀ ਲਿਪੀ ਦਾ ਜਿਹੜਾ ਜਨਮ ਹੈ ਨੇ ਜੀ ਗੁਰਮੁਖੀ ਲਿਪੀ ਦਾ ਜਨਮ ਪ੍ਰਾਤਨ ਕਿਸ ਲਿਪੀ ਦੇ ਵਿੱਚ ਹੋਇਆ ਤਾਂ ਇਹ ਜਿਹੜਾ ਜਨਮ ਹੈ ਜੀ ਇਹ ਬ੍ਰਹਮੀ ਲਿਪੀ ਦੇ ਵਿੱਚ ਹੋਇਆ ਠੀਕ ਹੈ ਜੀ ਬ੍ਰਹਮੀ ਲਿਪੀ ਆਪਾਂ ਪਿਛਲੀਆਂ ਵੀਡੀਓਜ਼ ਦੇ ਵਿੱਚ ਕਰਕੇ ਆਏ ਆਂ ਪੂਰੀ ਡਿਟੇਲ ਦੇ ਵਿੱਚ ਤੇ ਜਿਨ੍ਹਾਂ ਨੇ ਉਹ ਵੀਡੀਓਜ਼ ਨਹੀਂ ਦੇਖੀਆਂ ਤਾਂ ਦੇਖ ਲਿਓ ਸੋ ਗੁਰਮੁਖੀ ਲਿਪੀ ਦੀ ਜਨਮਦਾਤੀ ਕੌਣ ਹੈ ਜੇਕਰ ਇਦਾਂ ਕੁਐਸਚਨ ਆ ਜੇ ਜਨਮਦਾਤੀ ਕੌਣ ਹੈ ਗੁਰਮੁਖੀ ਲਿਪੀ ਦੀ ਫੇਰ ਵੀ ਬ੍ਰਹਮੀ ਲਿਪੀ ਹੈ ਜੇਕਰ ਆ ਜਾ ਗੁਰਮੁਖੀ ਲਿਪੀ ਦਾ ਜਨਮ ਪੁਰਾਤਨ ਕਿਸ ਲਿਪੀ ਦੇ ਵਿੱਚ ਹੋਇਆ ਫੇਰ ਵੀ ਬ੍ਰਹਮੀ ਲਿਪੀ ਹੀ ਹੋਵੇਗਾ ਠੀਕ ਹੈ ਸੇਮ ਹੀ ਹੈ ਬਸ ਉਹਨੂੰ ਲਿਖਣ ਦਾ ਜਿਹੜਾ ਤਰੀਕਾ ਉਹ ਅਲੱਗ ਹੈ ਨੈਕਸਟ ਆ ਜਿਓ ਜੀ ਨੈਕਸਟ ਗੱਲ ਕਰਦੇ ਹਾਂ ਜੀ ਵਿਅਕਤੀਗਤ ਭਾਸ਼ਾ ਕੀ ਹੈ ਜੀ ਵਿਅਕਤੀਗਤ ਭਾਸ਼ਾ ਦੀ ਗੱਲ ਕਰਦੇ ਹਾਂ ਵਿਅਕਤੀਗਤ ਭਾਸ਼ਾ ਸੋ ਹਰ ਵਿਅਕਤੀ ਦੀ ਆਪਣੀ ਆਪਣੀ ਸ਼ਬਦਾਵਲੀ ਕਰਕੇ ਜਿਹੜੀ ਭਿੰਨਤਾ ਹੋ ਹੁੰਦੀ ਹੈ ਹਰ ਖੇਤਰ ਦੇ ਵਾਤਾਵਰਣ ਦੇ ਕਾਰਨ ਭਾਸ਼ਾ ਵਿੱਚ ਤਬਦੀਲੀਆਂ ਆ ਜਾਂਦੀਆਂ ਸੋ ਵਿਅਕਤੀਗਤ ਭਾਸ਼ਾ ਹਰ ਇੱਕ ਜਿਹੜਾ ਪਰਸਨ ਹੈ ਠੀਕ ਹੈ ਉਹਨ ਦੀ ਜਿਹੜੀ ਭਾਸ਼ਾ ਹੈ ਠੀਕ ਹੈ ਤੁਹਾਨੂੰ ਡਿਫਰੈਂਸ ਦੇਖਣ ਨੂੰ ਮਿਲਦਾ ਕੋਈ ਕਿਸ ਤਰੀਕੇ ਦੇ ਨਾਲ ਬੋਲਦਾ ਕੋਈ ਕਿਸ ਤਰੀਕੇ ਦੇ ਨਾਲ ਬੋਲਦਾ ਹੈ ਠੀਕ ਹੈ ਸੋ ਵਿਅਕਤੀਗਤ ਭਾਸ਼ਾ ਮੇਰੀ ਭਾਸ਼ਾ ਹੁਣ ਜੋ ਮੈਂ ਭਾਸ਼ਾ ਵਰਤ ਰਹੀ ਹਾਂ ਹੋ ਸਕਦਾ ਤੁਹਾਡੇ ਵਿੱਚ ਉਹ ਉਹ ਲਾਗਤ ਤਰੀਕੇ ਨਾਲ ਜਿਹੜਾ ਪ੍ਰਯੋਗ ਆ ਉਹ ਕਰਦਾ ਹੋਵੇ ਸੋ ਹਰ ਵਿਅਕਤੀ ਦੀ ਆਪਣੀ ਆਪਣੀ ਸ਼ਬਦਾਵਲੀ ਕਰਕੇ ਜਿਹੜੀ ਪਿੰਦਾ ਉਹ ਹੁੰਦੀ ਹੈ ਹਰ ਖੇਤਰ ਦੇ ਵਾਤਾਵਰਣ ਦੇ ਕਾਰਨ ਭਾਸ਼ਾ ਵਿੱਚ ਜਿਹੜੀਆਂ ਤਬਦੀਲੀਆਂ ਉਹ ਆ ਜਾਂਦੀਆਂ ਵਿਅਕਤੀਗਤ ਭਾਸ਼ਾ ਖੋਦ ਦੀ ਭਾਸ਼ਾ ਆਪਣੀ ਖੋਦ ਆਪਣੀ ਆਪਣੀ ਭਾਸ਼ਾ ਆਪਣੇ ਬੋਲਣ ਦਾ ਲਹਿਜਾ ਤਰੀਕਾ ਠੀਕ ਹੈ ਵਿਅਕਤੀਗਤ ਭਾਸ਼ਾ ਉਹਨੂੰ ਕਹਿੰਦੇ ਆ ਜੀ ਵਿਅਕਤੀਗਤ ਭਾਸ਼ਾ ਨੈਕਸਟ ਆ ਗਿਆ ਜੀ ਗੁਪਤ ਭਾਸ਼ਾ ਦੀ ਗੱਲ ਕਰਦੇ ਆ ਆਪਾਂ ਇੱਥੇ ਗੁਪਤ ਭਾਸ਼ਾ ਗੁਪਤ ਪਾਸ਼ਾ ਦੀ ਗੱਲ ਕਰਦੇ ਆਂ ਜੀ ਅਜੇ ਹੀ ਪਾਸ਼ਾ ਜਿਸ ਵਿੱਚ ਸ਼ਬਦਾਰਵੀ ਸਿਰਫ ਉਸ ਨੂੰ ਹੀ ਪਤਾ ਹੁੰਦੀ ਹੈ ਜਿਸ ਨੂੰ ਗਿਆਨ ਹੈ ਉਸ ਭਾਸ਼ਾ ਬਾਰੇ ਸੋ ਅਜੇ ਹੀ ਪਾਸ਼ਾ ਹੈ ਜਿਸ ਵਿੱਚ ਸ਼ਬਦਾਰਵੀ ਸਿਰਫ ਉਸ ਨੂੰ ਹੀ ਪਤਾ ਹੁੰਦੀ ਹੈ ਜਿਸ ਨੂੰ ਗਿਆਨ ਹੈ ਉਸ ਭਾਸ਼ਾ ਬਾਰੇ ਮਤਲਬ ਗੁਪਤ ਰੂਪ ਦੇ ਵਿੱਚ ਬਣਾ ਲਈ ਬਣਾਈ ਹੋਈ ਜਿਹੜੀ ਭਾਸ਼ਾ ਉਹ ਹੁੰਦੀ ਹੈ ਦੂਸਰੇ ਨੂੰ ਉਹ ਭਾਸ਼ਾ ਜਿਹੜੀ ਸਮਝ ਆ ਉਹ ਨਹੀਂ ਆਉਂਦੀ ਹੈ ਗੁਪਤਰੀ ਕੇਨਾਲ ਗੱਲ ਕਰਨ ਲਈ ਅਜੇਹੀ ਭਾਸ਼ਾ ਵਰਤ ਵਰਤੋ ਕੀਤੀ ਜਾਂਦੀ ਹੈ ਗੁਪਤ ਪਾਸ਼ਾ ਨਾਮ ਤੋਂ ਕਲੀਅਰ ਹੋ ਜਾਂਦਾ ਕਿ ਉਹ ਗੁਪਤ ਹੈ ਜਿਵੇਂ ਫੌਜ ਵਿੱਚ ਅਕਸਰ ਅਜੇਹੀ ਭਾਸ਼ਾ ਵਰਤੀ ਜਾਂਦੀ ਹੈ ਤਾਂ ਜੋ ਦੁਸ਼ਮਣ ਨੂੰ ਗੱਲ ਬਾਰੇ ਪਤਾ ਨਾ ਲੱਗੇ ਹੁਣ ਫੌਜ ਦੇ ਵਿੱਚ ਕੀ ਹੈ ਮਿਲਟਰੀ ਦੇ ਵਿੱਚ ਕੀ ਉਹਨਾਂ ਨੇ ਆਪ ਦੇ ਇੱਕ ਕੋਡ ਰੱਖੇ ਹੋਏ ਨੇ ਕਿਸੇ ਗੱਲ ਨੂੰ ਸਮਝਾਉਣ ਵਾਸਤੇ ਕੋਡ ਡੀਕੋਡ ਨੇ ਠੀਕ ਹੈ ਉਹ ਕੋਡ ਬੋਲਦੀ ਹੈ ਫੌਜ ਉਹ ਤਾਂ ਬੋਲਦੀ ਆਪਾਂ ਨੂੰ ਵੀ ਉਹ ਸਮਝ ਲੱਗਨੇ ਉਹ ਸਿਰਫ ਫੌਜ ਨੂੰ ਹੀ ਪਤਾ ਹੈ ਉਸ ਪਾਸ਼ਾ ਦਾ ਜਿਵੇਂ ਜੀ ਆਵਲਾ ਵਰਡ ਬੋਲਿਆ ਹੁੰਦਾ ਆ ਮੀਨਿੰਗ ਹੈ ਫੌਜੀ ਸਮਝ ਜਾਂਦੇ ਨੇ ਫੌਜ ਵਾਲੇ ਜਿਹੜੇ ਫੌਜੀ ਉਹ ਸਮਝ ਜਾਣਗੇ ਆਪਾਂ ਨੂੰ ਵੀ ਨਹੀਂ ਸਮਝ ਲੱਗੇ ਦੁਸ਼ਮਨ ਨੂੰ ਜਿਹੜੀ ਉਹ ਸਮਝ ਆ ਉਹ ਨਹੀਂ ਲੱਗਣੀ ਠੀਕ ਹੈ ਜੀ ਇਹ ਤਾਂ ਵਰਤੇ ਜਾਂਦਾ ਕਿ ਦੁਸ਼ਮਨ ਨੂੰ ਪਤਾ ਨਾ ਲੱਗੇ ਵੀ ਇਹ ਕੀ ਗੱਲ ਆਪਸ ਦੇ ਵਿੱਚ ਕਰ ਰਹੇ ਨੇ ਹੈਨਾ ਉਹਨਾਂ ਨੂੰ ਕੁਝ ਪਤਾ ਨਾ ਲੱਗ ਜਾ ਕਿ ਸਾਡਾ ਅਗਲਾ ਜਿਹੜਾ ਹਮਲਾ ਕਰਨ ਦਾ ਕੀ ਜਿਹੜਾ ਪ੍ਰੋਸੈਸ ਹੈ ਠੀਕ ਹੈ ਜੀ ਜਿਵੇਂ ਫੌਜ ਵਿੱਚ ਅਕਸਰ ਅਜਿਹੀ ਭਾਸ਼ਾ ਵਰਤੀ ਜਾਂਦੀ ਹੈ ਤਾਂ ਜੋ ਦੁਸ਼ਮਣ ਨੂੰ ਗੱਲ ਬਾਰੇ ਪਤਾ ਨਾ ਲਗੇ ਅਜਿਹੀ ਭਾਸ਼ਾ ਵਿੱਚ ਕੋਡ ਦੀ ਕੋਡ ਵਰਤੇ ਜਾਂਦੇ ਹਨ ਫੌਜ ਦੀ ਸ਼ਬਦਾਵਲੀ ਫੌਜ ਇਹ ਜਿਹੜੀ ਜਾਂ ਇਹ ਫੌਜ ਦੀ ਸ਼ਬਦਾਵਲੀ ਹੁੰਦੀ ਹੈ ਗੁਪਤ ਭਾਸ਼ਾ ਨਿਹੰਗ ਸਿੰਘ ਫੌਜ ਜਿਹੜੀ ਸਿੱਖ ਫੌਜ ਆ ਇਹਨਾਂ ਦੇ ਦੁਆਰਾ ਵੀ ਜਿਹੜੀ ਵਰਤੀ ਜਾਂਦੀ ਸੀ ਭਾਸ਼ਾ ਠੀਕ ਹੈ ਅੱਜ ਵੀ ਜਿਹੜੀ ਵਰਤੀ ਨਿਹੰਗ ਸਿੰਘ ਫੌਜ ਸਿੱਖ ਫੌਜ ਦੁਆਰਾ ਵਰਤੀ ਜਾਂਦੀ ਸ਼ਬਦਾਵਲੀ ਨੂੰ ਜਿਹੜੀ ਹੈ ਗੁਪਤ ਭਾਸ਼ਾ ਜਿਹੜੀ ਆਖਦੇ ਹਨ ਜੇਕਰ ਗੱਲ ਕਰੀਏ ਆਪਾਂ ਤਾਂ ਨਿਆਂਗ ਸਿੰਘ ਲਈ ਬੋਲ ਵਾਲੇ ਜਿਹੜਾ ਸ਼ਬਦ ਹੈ ਇਹ ਵੀ ਜਿਹੜਾ ਪ੍ਰਯੋਗ ਆ ਉਹ ਕਰ ਲਿਆ ਜਾਂਦਾ ਹੈ ਸੋ ਨਿਆਂਗ ਸਿੰਘ ਦੇ ਲਈ ਜਿਹੜਾ ਬੋਲ ਵਾਲੇ ਸ਼ਬਦ ਵੀ ਪ੍ਰਯੋਗ ਕਰ ਲਿਆ ਜਾਂਦਾ ਜਿਵੇਂ ਉਹ ਚਾਹ ਨੂੰ ਕਹਿੰਦੇ ਆ ਨਿਆਂਗ ਸਿੰਘ ਟਿੱਡ ਫੁਕਣੀ ਠੀਕ ਹੈ ਉਹ ਚਾਹ ਨਹੀਂ ਬੋਲਦੇ ਉਹ ਟਿੱਡ ਫੁਕਣੀ ਬੋਲਦੇ ਠੀਕ ਹੈ ਜੀ ਸ਼ੋਲਿਆਂ ਨੂੰ ਉਹ ਬਦਾਮ ਬੋਲਦੇ ਆ ਜੀ ਠੀਕ ਹੈ ਜੀ ਉਹਨਾਂ ਨੇ ਸ਼ੋਲੇ ਮਤਲਬ ਸ਼ੋਲੇ ਨਿਗਾਹਾਂ ਨੇ ਬਦਾਮ ਕਹਿਣਾ ਠੀਕ ਹੈ ਜੀ ਨੈਕਸਟ ਆ ਜਾਓ ਜੀ ਉਹਨਾਂ ਨੇ ਨੈਕਸਟ ਉਹਨਾਂ ਨੇ ਦੁੱਧ ਨਹੀਂ ਕਹਿਣਾ ਉਹਨਾਂ ਨੇ ਕਹਿਣਾ ਸਮੁੰਦਰ ਸਮੁੰਦਰ ਪੀਣਾ ਠੀਕ ਹੈ ਦੁੱਧ ਨਹੀਂ ਪੀਣਾ ਸਮੁੰਦਰ ਪੀਣਾ ਠੀਕ ਹੈ ਰੇਲ ਨੂੰ ਉਹਨਾਂ ਨੇ ਭੂਤ ਨਹੀਂ ਆਖਣਾ ਠੀਕ ਹੈ ਭੂਤ ਨਹੀਂ ਆ ਗਈ ਰੇਲ ਨਹੀਂ ਉਹਨਾਂ ਨੇ ਬੋਲਣਾ ਭੂਤ ਨਹੀਂ ਆਖਣਾ ਤਾਂ ਹੁਣ ਆਪਾਂ ਨੂੰ ਕੀ ਪਤਾ ਲੱਗੂ ਕਿ ਇਹ ਜਿਹੜਿਆ ਸ਼ਬਦ ਵਰਤ ਰਹੇ ਨੇ ਇਹ ਤਾਂ ਚੱਲ ਆਪਾਂ ਨੂੰ ਹੁਣ ਜਿਹੜਾ ਪਤਾ ਲੱਗਿਆ ਕਿ ਉਹ ਇਹਨੂੰ ਆਹ ਕਹਿੰਦੇ ਇਹਨੂੰ ਆਹ ਕਹਿੰਦੇ ਹੈਨਾ ਪਤਾ ਹੀ ਨਹੀਂ ਹੁੰਦਾ ਵੀ ਹੁਣ ਉਹ ਕੀ ਜਿਹੜੇ ਸ਼ਬਦ ਵਰਤਦੇ ਉਹਨਾਂ ਦਾ ਮਤਲਬ ਕੀ ਆ ਠੀਕ ਹੈ ਜਿਵੇਂ ਮਿਰਚ ਨੂੰ ਲੜਾਕੀ ਕਹਿੰਦੇ ਨੇ ਮਤਲਬ ਉਹਨਾਂ ਨੇ ਇੱਕ ਅਜਿਹੀ ਭਾਸ਼ਾ ਜਿਹੜੀ ਬਣਾਈ ਹੁੰਦੀ ਆ ਜਿਹੜੀ ਕਿ ਆਪਣੀ ਜਿਹੜੀ ਸਮਝ ਦੇ ਵਿੱਚ ਤੋਂ ਬਾਹਰ ਹੁੰਦੀ ਆ ਆਪਾਂ ਉਸ ਨੂੰ ਜਿਹੜਾ ਸਮਝ ਨਹੀਂ ਸਕਦੇ ਫੌਜ ਵਰਤਦੀ ਆ ਤਾਂ ਜੋ ਦੇਸ਼ ਦੀ ਜਿਹੜੀ ਸੁਰੱਖਿਆ ਹੋ ਸਕੇ ਦੁਸ਼ਮਣਾਂ ਨੂੰ ਹਰਾਇਆ ਜਾ ਸਕੇ ਨੇਆਂ ਸੰਗ ਜਿਹੜੀ ਸਿੱਖ ਫੌਜ ਆ ਉਹਨਾਂ ਦੇ ਦੁਆਰਾ ਵੀ ਜਿਹੜੀ ਇਹ ਸ਼ਬਦਾਰੀ ਜਿਹੜੀ ਵਰਤੀ ਜਾਂਦੀ ਜੇਕਰ ਪੁਰਾਣੇ ਸਮੇਂ ਦੇ ਵਿੱਚ ਚੱਲ ਜੀਏ ਤਾਂ ਉਦੋਂ ਵੀ ਜਿਹੜੀਆਂ ਸਾਡੀਆਂ ਸਿੱਖ ਫੌਜਾਂ ਸੀਗੀਆਂ ਉਹ ਇਦਾਂ ਨੇ ਜਿਹੜੀਆਂ ਆ ਕੋਡ ਦੇ ਵਿੱਚ ਤੇ ਡੀ ਕੋਡ ਦੇ ਵਿੱਚ ਗੁਪਤ ਭਾਸ਼ਾ ਦੇ ਵਿੱਚ ਜਿਹੜੀਆਂ ਗੱਲ ਹੈ ਉਹ ਕਰ ਦੇਣਾ ਸੀਗੀਆਂ ਨੈਕਸਟ ਆ ਗਿਆ ਜੀ ਰਜਿਸਟਰ ਸ਼ਬਦ ਰਜਿਸਟਰ ਸ਼ਬਦ ਦੀ ਹੁਣ ਆਪਾਂ ਇੱਥੇ ਗੱਲ ਕਰਾਂਗੇ ਜੀ ਰਜਿਸਟਰ ਸ਼ਬਦ ਦੀ ਗੱਲ ਕਰਦੇ ਹਾਂ ਜੀ ਰਜਿਸਟਰ ਸ਼ਬਦ ਸੋ ਇਹ ਰਜਿਸਟਰ ਸ਼ਬਦ ਹਾ ਜੀ ਇਹ ਰਜਿਸਟਰ ਨਹੀਂ ਲੈਣਾ ਪਹਿਲਾਂ ਦਾ ਇੱਥੇ ਇਹ ਰਜਿਸਟਰ ਉਹ ਆ ਜੀ ਜਿੰਦੇ ਵਿੱਚ ਕੰਮ ਕੰਮ ਕੀਤੇ ਜਿਹੜੇ ਸ਼ਾਮਲ ਕੀਤੇ ਜਾਂਦੇ ਹਨ ਕੰਮ ਕੀਤਿਆਂ ਦੇ ਨਾਲ ਜਿਹੜੇ ਸਬੰਧਤ ਜਿਹੜੇ ਸ਼ਬਦ ਆ ਉਹਨਾਂ ਨੂੰ ਸ਼ਾਮਲ ਕੀਤਾ ਜਾਂਦਾ ਹੈ ਰਜਿਸਟਰ ਸ਼ਬਦ ਜੇਕਰ ਆਜੇ ਪੰਜਾਬੀ ਦੇ ਵਿੱਚ ਤੁਹਾਨੂੰ ਇਦਾਂ ਤਾਂ ਇਹ ਕੰਮ ਕੀਤਿਆਂ ਦੇ ਨਾਲ ਸਬੰਧਤ ਹੈ ਰਜਿਸਟਰ ਸ਼ਬਦ ਸਮਾਜ ਦੇ ਵਿੱਚ ਅਲੱਗ-ਅਲੱਗ ਕੀਤੇਆਂ ਕੰਮਾਂ ਦੀ ਸ਼ਬਦਾਵਲੀ ਦੀ ਪਿੰਦਾ ਨੂੰ ਇਸ ਵਿੱਚ ਸ਼ਾਮਿਲ ਕੀਤਾ ਜਾਂਦਾ ਸਮਾਜ ਦੇ ਵਿੱਚ ਅਲੱਗ-ਅਲੱਗ ਕੀਤੇ ਨੇ ਉਹਨਾਂ ਕੀਤੇਆਂ ਦੇ ਕੰਮਾਂ ਦੀ ਜਿਹੜੀ ਸ਼ਬਦਾਵਲੀ ਨੂੰ ਜਿਹੜੀ ਪਿੰਦਾ ਨੂੰ ਜਿਹੜਾ ਇਸ ਵਿੱਚ ਸ਼ਾਮਿਲ ਕੀਤਾ ਜਾਂਦਾ ਜਿਵੇਂ ਦਰਜੀ ਹੋ ਗਿਆ ਲੋਹਾਰ ਹੋ ਗਿਆ ਤਰਖਾਨ ਹੋ ਗਿਆ ਸੁਨਿਆਰ ਹੋ ਗਿਆ কুমਿਹਾਰ ਹੋ ਗਿਆ ਜ਼ਿਮੀਂਦਾਰ ਹੋ ਗਿਆ ਅਧਿਆਪਕ ਹੋ ਗਿਆ ਤੇ ਡਾਕਟਰ ਹੋ ਗਿਆ ਸੋ ਇਹ ਵਾਲੇ ਜਿਹੜੇ ਆ ਇਹਨਾਂ ਦੇ ਜਿਹੜੇ ਕੰਮ ਨੇ ਕੀ ਕਾਇਨਾਤ ਲਈ ਜਿਹੜੇ ਸ਼ਬਦ ਵਰਤੇ ਜਾਂਦੇ ਆ ਉਹਨਾਂ ਨੂੰ ਇਸ ਰਜਿਸਟਰ ਦੇ ਵਿੱਚ ਅਲੱਗ-ਅਲੱਗ ਕਰਕੇ ਜਿਹੜਾ ਸ਼ਾਮਲ ਹੈ ਉਹ ਕੀਤਾ ਜਾਂਦਾ ਹੈ ਠੀਕ ਹੈ ਜਿਵੇਂ ਡਾਕਟਰ ਦਾ ਸਮਾਨ ਹੈ ਜੋ ਵੀ ਹੈ ਦਵਾਈਆਂ ਨੇ ਠੀਕ ਹੈ ਸੋ ਜੋ ਕੁਛ ਵੀ ਡਾਕਟਰ ਵਰਤਦਾ ਉਸ ਮਾਨ ਉਸ ਸਾਰਿਆਂ ਦੇ ਵਿੱਚ ਜਿਹੜਾ ਸ਼ਾਮਲੇ ਸ਼ਬਦ ਸ਼ਾਮਿਲ ਕੀਤੇ ਜਾਂਦੇ ਆ ਜੀਮੀਦਾਰ ਜਿਹੜਾ ਫਸਲ ਦੀ ਗੱਲ ਕਰੇਗਾ ਤੇ ਫਸਲ ਬਾਰੇ ਜਿਹੜੀ ਗੱਲ ਹੈ ਉਹ ਸਾਰੀ ਕੀਤੀ ਜਾਵੇਗੀ ਉਹਦੇ ਜਿਹੜੇ ਔਜ਼ਾਰ ਨੇ ਟਰੈਕਟਰ ਨੇ ਉਹਨਾਂ ਸਭ ਦੇ ਬਾਰੇ ਦੇ ਵਿੱਚ ਗੱਲ ਹੋਵੇਗੀ ਕਮਿਆਰ ਹੈ ਠੀਕ ਹੈ ਮਿੱਟੀ ਤੇ ਭਾਂਡੇ ਬਣਾਉਣ ਦੇ ਨਾਲ ਸੰਬੰਧਤਾ ਦੇ ਉਹ ਵਾਲੇ ਜਿਹੜੇ ਸ਼ਬਦ ਸ਼ਾਮਿਲ ਕੀਤੇ ਜਾਣਗੇ ਸੁਨਿਆਰ ਦਾ ਸੋਨੇ ਦਾ ਕੰਮ ਹੈ ਉਹ ਵਾਲੇ ਸ਼ਬਦ ਸ਼ਾਮਿਲ ਕੀਤੇ ਜਾਣਗੇ ਤਰਖਾਨ ਦੇ ਲੋ ਐਵੇਂ ਮਤਲਬ ਸਾਰੇ ਜਿਹੜੇ ਸ਼ਬਦ ਨੇ ਉਹ ਸ਼ਾਮਿਲ ਆ ਉਹ ਕੀਤੇ ਜਾਂਦੇ ਨੇ ਜੀ ਰਜਿਸਟਰ ਸ਼ਬਦ ਦੇ ਵਿੱਚ ਨੈਕਸਟ ਹੈ ਜੀ ਦਫਤਰੀ ਭਾਸ਼ਾ ਦੀ ਆਪਾਂ ਗੱਲ ਕਰੀ ਤੇ ਆਪਣੀ ਦਫਤਰੀ ਭਾਸ਼ਾ ਕਿਹੜੀ ਹੈ ਜੀ ਪੰਜਾਬੀ ਹੈ ਤੇ ਦਫਤਰਾਂ ਦੇ ਵਿੱਚ ਕਿਹੜਾ ਰੂਪ ਵਰਤਿਆ ਜਾਂਦਾ ਹੈ ਪੰਜਾਬੀ ਦਾ ਤੇ माजी ਰੂਪ ਜਿਹੜਾ ਵਰਤਿਆ ਜਾਂਦਾ ਜੇ ਦਫਤਰ ਦੇ ਵਿੱਚ ਸੋ ਦੱਤਰੀ ਪਾ ਸ਼ਾਦੀ ਜੇਕਰ ਆਪਾਂ ਗੱਲ ਕਰੀਏ ਤਾਂ ਇਹ ਪੰਜਾਬੀ ਹੈ ਪੰਜਾਬੀ ਦਾ ਰੂਪ ਕਿਹੜਾ ਵਰਤਿਆ ਜਾਂਦਾ ਹੈ ਜੀ ਪੰਜਾਬੀ ਦਾ ਮਾਝੀ ਰੂਪ ਦਫ਼ਤਰਾਂ ਦੇ ਵਿੱਚ ਜਿਹੜਾ ਵਰਤਿਆ ਜਾਂਦਾ ਹੈ ਜੀ ਨੈਕਸਟ ਆ ਗਿਆ ਜੀ ਪੀਜ਼ਨ ਕਿਰਿਓਲ ਦੀ ਆਪਾਂ ਗੱਲ ਕਰਦੇ ਆ ਪੀਜ਼ਨ ਕਿਰਿਓਲ ਠੀਕ ਹੈ ਜੀ ਪੀਜ਼ਨ ਕੀ ਹੁੰਦਾ ਕੰਮ ਚਲਾਉ ਭਾਸ਼ਾ ਕੋਈ ਅਜਿਹੀ ਪਾਸ਼ਾ ਜਿਹੜੀ ਕੰਮ ਚਲਾਉਣ ਦੇ ਲਈ ਜਿਹੜੀ ਆ ਵਰਤੀ ਆ ਉਹ ਜਾਂਦੀ ਹੈ ਠੀਕ ਹੈ ਕੰਮ ਚਲਾਉ ਭਾਸ਼ਾ ਹੁੰਦੀ ਹੈ ਜੀ ਪੀਜ਼ਨ ਕਰੀਓਲ ਕੀ ਹੁੰਦਾ ਹੈ ਜਦੋਂ ਇਹ ਕੰਮ ਚਲਾਉ ਭਾਸ਼ਾ ਕਿਸੇ ਖੇਤਰ ਦੀ ਸਥਾਨਕ ਭਾਸ਼ਾ ਬਣ ਜਾਂਦੀ ਹੈ ਤਾਂ ਇਸ ਨੂੰ ਕਰਿਓਲ ਰੂਪ ਕਿਹਾ ਜਾਂਦਾ ਹੈ ਜਦੋਂ ਉਹਦੀ ਜਿਹੜੀ ਲਿਪੀ ਆ ਜਾਂਦੀ ਉਹ ਜਿਹੜੀ ਉੱਥੋਂ ਦੇ ਲੋਕਾਂ ਦੀ ਜਿਹੜੀ ਹੈ ਲਿਪੀ ਨਹੀਂ ਜਦੋਂ ਉੱਥੋਂ ਦੀ ਲੋਕਾਂ ਦੀ ਉਹ ਸਥਾਨਕ ਭਾਸ਼ਾ ਬਣ ਜਾਂਦੀ ਹੈ ਠੀਕ ਹੈ ਲੋਕ ਉਸ ਭਾਸ਼ਾ ਨੂੰ ਸਥਾਨ ਦੇ ਵਿੱਚ ਰਹਿੰਦੇ ਸਾਰੇ ਹੀ ਜਿਹੜੇ ਬੋਲਣ ਆ ਉਹ ਲੱਗ ਜਾਂਦੇ ਆ ਤਾਂ ਉਹਨੂੰ ਜਿਹੜੀ ਕਰਿਓਲ ਜਿਹੜੀ ਭਾਸ਼ਾ ਕਰਿਓਲ ਭਾਸ਼ਾ ਜਿਹੜੀ ਕਿਹਾ ਜਾਂਦਾ ਹੈ ਠੀਕ ਹੈ ਜਿਵੇਂ ਕਿ ਆਪਾਂ ਜੇਕਰ ਗੱਲ ਕਰੀਏ ਆਪਾਂ ਅੰਗਰੇਜ਼ੀ ਦੀ ਆਪਾਂ ਜੇਕਰ ਗੱਲ ਕਰ ਲਈਏ ਇੰਗਲਿਸ਼ ਦੀ ਗੱਲ ਕਰ ਲਈਏ ਤਾਂ ਪਹਿਲਾਂ ਇੱਥੇ ਕਿਹੜੀ ਇੰਗਲਿਸ਼ ਹੋਇਆ ਕਰਦੀ ਸੀ ਫਿਰ ਜਦੋਂ ਅੰਗਰੇਜ਼ ਆਏ ਆ ਨਾ ਉਦੋਂ ਤਾਂ ਸਟਾਰਟ ਹੋਈ ਉਹਨਾਂ ਨੇ ਆਪਣਾ ਵਪਾਰ ਵਗੈਰਾ ਕਰਨ ਦੇ ਲਈ ਇਸ ਭਾਸ਼ਾ ਦੇ ਜਿਹੜੀ ਇੱਥੇ ਜਿਹੜੀ ਵਰਤੀ ਹੈ ਹਨਾ ਕੰਮ ਚਲਾਉ ਭਾਸ਼ਾ ਦੀ ਮਤਲਬ ਵਰਤਣੀ ਸਟਾਰਟ ਕਰਦੀ ਹੈ ਹੌਲੀ 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 ਕਰਕੇ ਉਹ ਜਿਹੜੀ ਹੈ ਹੁਣ ਤਾਂ ਜਿਹੜੇ ਲੋਕ ਆ ਉਹ ਬੋਲਣ ਲੱਗ ਗਏ ਹਨਾ ਭਾਸ਼ਾ ਮਨ ਲਗਾ ਲਓ ਕਿ ਕੰਮ ਚਲਾਉਣ ਦੇ ਵਾਸਤੇ ਜਿਹੜੀ ਭਾਸ਼ਾ ਉਹ ਜਿਹੜੀ ਵਰਤੀ ਜਾਂਦੀ ਹੈ ਕੰਮ ਚਲਾ ਦੇ ਉਸ ਤੋਂ ਬਾਅਦ ਉਹਨਾਂ ਨੇ ਲੋਕਾਂ ਦੀ ਜਿਹੜੀ ਉਹ ਸਥਾਨਿਕ ਭਾਸ਼ਾ ਬਣ ਜਾਂਦੀ ਹੈ ਠੀਕ ਹੈ ਤਾਂ ਉਹਨੂੰ ਆਪਾਂ ਕਹਿ ਸਕਦੇ ਹਾਂ ਕਰੀਓਲ ਭਾਸ਼ਾ ਸੋ ਇੰਗਲਿਸ਼ ਵਾਲੀ ਵੀ ਸਹੀ ਜਿਹੜਾ ਐਗਜ਼ਾਮਪਲ ਨਹੀਂ ਬਣੂਗੀ ਸੋ ਕੰਮ ਚਲਾਉਣ ਲਈ ਆਪਾਂ ਕੋਈ ਭਾਸ਼ਾ ਜਿਹੜੀ ਆ ਉਹ ਵਰਤਦੇ ਜਿਵੇਂ ਫੌਜ ਦੀ ਆਪਾਂ ਗੱਲ ਕਰੀਏ ਉਹਨਾਂ ਦੀ ਗੁਪਤ ਭਾਸ਼ਾ ਉਹਨਾਂ ਨੇ ਵਰਤੀ ਹੈ ਨਾ ਹੌਲੀ ਹੌਲੀ ਕਰਕੇ ਉਹਨਾਂ ਭਾਸ਼ਾ ਉਹਨਾਂ ਨੇ ਜਿਹੜੀ ਆ ਬਣਾਈ ਪਰ ਉਹਨਾਂ ਨੇ ਸੋਚਿਆ ਵੀ ਹੁਣ ਜੇਕਰ ਆਪਾਂ ਸਹੀ ਬੋਲੇ ਤਾਂ ਫਿਰ ਦੁਸ਼ਮਣ ਨੂੰ ਜਿਹੜਾ ਪਤਾ ਲੱਗ ਜੂਗਾ ਕਿ ਆਪਾਂ ਕੀ ਬੋਲ ਰਹੇ ਹਾਂ ਤਾਂ ਉਹਨਾਂ ਨੇ ਆਖਿਆ ਕਿ ਆਪਾਂ ਕਿਉਂ ਨਾ ਆਪਾਂ ਜਿਹੜੇ ਆ ਵਰਡ ਆ ਉਹਨਾਂ ਦੇ ਨਾਮ ਹੀ ਹੋ ਰੱਖ ਦਈਏ ਤਾਂ ਜੋ ਆਪਾਂ ਨੂੰ ਹੀ ਸਮਝ ਆ ਸਕੇ ਤਾਂ ਉਹਨਾਂ ਨੇ ਇੱਕ ਦੋ ਜਿਹੜੇ ਨਾਮ ਜਿਓ ਬਣਾਏ ਕੰਮ ਚਲਾਓ ਪਾਛਾ ਠੀਕ ਹੈ ਕਿ ਚੱਲ ਕੰਮ ਜਿਹਾ ਚੱਲ ਰਿਹਾ ਵਾਣਾ ਫਿਰ ਹੌਲੀ ਹੌਲੀ ਕਰਕੇ ਹੋਰ ਵਰਡ ਬਣਦੇ ਗਏ ਹੋਰ ਵਰਡ ਚੋਕ ਪਾਸ਼ਾ ਜੀ ਬਣ ਗਏ ਹੁਣ ਫੌਜ ਦੀ ਜਿਹੜਾ ਗੱਲ ਕਰੀ ਉਹਦੇ ਵਿੱਚ ਉਹ ਜਿਹੜੀ ਇੱਕ ਭਾਸ਼ਾ ਬਣ ਗਈ ਹੈ ਨਾ ਉਹ ਉਹ ਫਾਇਦਿਓਸ ਤੋਂ ਤੋਦਿਸ ਸਥਾਨਿਕ ਭਾਸ਼ਾ ਵੀ ਬਣੇ ਹੋ ਸਕਦਾ ਸਿਰਫ ਦੁਸ਼ਮਣ ਵੀ ਨਹੀਂ ਹੁੰਜ ਵੀ ਆਉਂਦਾ ਜਿਹੜਾ ਪਾਸ਼ਾ ਦਾ ਜਿਹੜਾ ਪ੍ਰਯੋਗ ਆ ਉਹ ਕਰਦੇ ਹੁਣ ਹੁਣ ਸਥਾਨਿਕ ਭਾਸ਼ਾ ਦਾ ਕੰਮ ਚਲਾਉ ਪਾਸ਼ਾ ਪੀਜਨ ਕੰਮ ਚਲਾਉ ਪਾਸ਼ਾ ਬਸ ਇਹਨੇ ਜਾ ਰੱਖ ਲਓ ਪੀਜਨ ਕੰਮ ਚਲਾਉ ਪਾਸ਼ਾ ਤੇ ਜਦੋਂ ਸਥਾਨਿਕ ਰੂਪ ਲੈ ਲੈਂਦੀ ਹੈ ਸਥਾਨਿਕ ਭਾਸ਼ਾ ਬਣ ਜਾਂਦੀ ਤਾਂ ਉਹਨੂੰ ਕੋਰੀਓਲ ਕਿਹਾ ਜਾਂਦਾ ਹੈ ਸੋ ਨੈਕਸਟ ਆ ਜੀ ਉਪ ਭਾਸ਼ਾ ਉਪਭਾਸ਼ਾ ਜੇਕਰ ਆਪਾਂ ਗੱਲ ਕਰੀਏ ਤਾਂ ਉਪਭਾਸ਼ਾ ਨੂੰ ਅੰਗਰੇਜ਼ੀ ਦੇ ਵਿੱਚ ਇੰਗਲਿਸ਼ ਦੇ ਵਿੱਚ ਡਾਇਲੈਕਟ ਬੋਲਿਆ ਜਾਂਦਾ ਹੈ ਡਾਇਲੈਕਟ ਉਪਭਾਸ਼ਾ ਨੂੰ ਇੰਗਲਿਸ਼ ਦੇ ਵਿੱਚ ਡਾਇਲੈਕਟ ਬੋਲਿਆ ਜਾਂਦਾ ਹੈ ਅੰਗਰੇਜ਼ੀ ਭਾਸ਼ਾ ਦੇ ਵਿੱਚ ਡਾਇਲੈਕਟ ਕਿਹਾ ਜਾਂਦਾ ਹੈ ਉਪਭਾਸ਼ਾ ਵੰਡਨ ਦਾ ਆਧਾਰ ਭੂਗੋਲਿਕ ਮੰਨੇ ਗਏ ਜਿਹੜੀਆਂ ਉਪਪਛਾਵਾਂ ਸੀਗੀਆਂ ਅਲੱਗ-ਅਲੱਗ ਸੋ ਇਹਨਾਂ ਦੀ ਜਿਹੜੀ ਵੰਡ ਕਿਵੇਂ ਹੋਈ ਪੰਗੋਲਿਕ ਪੰਗੋਲਿਕ ਆਧਾਰ ਤੇ ਇਹਨਾਂ ਦੀ ਜਿਹੜੀ ਵੰਡ ਹੈ ਉਹ ਕਰ ਦਿੱਤੀ ਗਈ ਕਿ ਇਹ ਸਾਈਡ ਵਾਲੇ ਇੱਕ ਪਾਸੇ ਕਰਤੇ ਦੂਸਰੇ ਸਾਈਡ ਵਾਲੇ ਅਲੱਗ ਕਰ ਦਿੱਤੇ ਠੀਕ ਹੈ ਜੀ ਉਪਪਾਸ਼ਾ ਵੰਡਨ ਦਾ ਆਧਾਰ ਕਿਹੜਾ ਸੀਗਾ ਜੀ ਪੰਗੋਲਿਕ ਸੀ ਪੰਗੋਲਿਕ ਉਹ ਅਸਤਾ ਸੀ ਆਪਣੀ ਨੈਕਸਟ ਹੈ ਜੀ ਉਪਪਾਸ਼ਾ ਦਾ ਭਾਵ ਕਿਸੇ ਖੇਤਰ ਦੀ ਵੱਖਰੀ ਵੱਖਰੀ ਸ਼ਬਦਾਵਲੀ ਖੇਤਰੀ ਭਿੰਨਤਾ ਨੂੰ ਦਰਸਾਉਣ ਵਾਲੀ ਭਾਸ਼ਾ ਨੂੰ ਉਪਭਾਸ਼ਾ ਕਿਹਾ ਜਾਂਦਾ ਤਾਂ ਕਿ ਤੁਹਾਨੂੰ ਪਤਾ ਹੀ ਹੈ ਕਿ ਹਰ ਭਾਸ਼ਾ ਹਰ ਖੇਤਰ ਦੀ ਆਪਣੀ ਜਿਹੜੀ ਭਾਸ਼ਾ ਹਰ ਸਥਾਨ ਦੀ ਆਪਣੀ ਭਾਸ਼ਾ ਆਪਣੀ ਸ਼ਬਦਾਵਲੀ ਹੈ ਨਾ ਮਾਝੀ ਤੇ ਮਲਬਈ ਬੋਲੀ ਦੇ ਵਿੱਚ ਵੀ ਬਹੁਤ ਜ਼ਿਆਦਾ ਜਿਹੜਾ ਫਰਕ ਹੈ ਹੈ ਨਾ ਇਹ ਉਪਭਾਸ਼ਾਵਾਂ ਨੇ ਸੋ ਉਪਭਾਸ਼ਾਵਾਂ ਦਾ ਭਾਵ ਕਿਸੇ ਖੇਤਰ ਦੀ ਵੱਖਰੀ ਵੱਖਰੀ ਸ਼ਬਦਾਵਲੀ ਖੇਤਰੀ ਭਿੰਨਤਾ ਨੂੰ ਦਰਸਾਉਣ ਵਾਲੀ ਭਾਸ਼ਾ ਨੂੰ ਸੋ ਖੇਤਰੀ ਭਿੰਨਤਾ ਇਹ ਡਿਫਰੈਂਸਸ ਨੂੰ ਜਿਹੜੀ ਦਰਸਾਉਣ ਵਾਲੀ ਭਾਸ਼ਾ ਨੂੰ ਜਿਹੜਾ ਉਪਭਾਸ਼ਾ ਕਿਹਾ ਜਾਂਦਾ ਸੋ ਖੇਤਰੀ ਪਿੰਡਾਂ ਨੂੰ ਦਰਸਾਉਣ ਵਾਲੀ ਪਾਛਾ ਨੂੰ ਉਪਭਾਸ਼ਾ ਕਿਹਾ ਜਾਂਦਾ ਹੈ ਨੈਕਸਟ ਆ ਗਿਆ ਜੀ ਉਪਭਾਸ਼ਾ ਦਾ ਐਟਲਸ ਖਾਕਾ ਤਿਆਰ ਕੀਤਾ ਗਿਆ ਉਪਭਾਸ਼ਾ ਦਾ ਕਿ ਜਿਹੜਾ ਐਟਲਸ ਖਾਕਾ ਜਿਹੜਾ ਪੂਰਾ ਤਿਆਰ ਕੀਤਾ ਗਿਆ ਜਿੰਨ ਦੇ ਵਿੱਚ ਉਪਭਾਸ਼ਾਵਾਂ ਨੂੰ ਜਿਹੜਾ ਸ਼ਾਮਲ ਕੀਤਾ ਗਿਆ ਉਹਨਾਂ ਦੇ ਡਿਫਰੈਂਸ ਦੀ ਜਿਹੜੀ ਗੱਲ ਹੈ ਉਹ ਕੀਤੀ ਗਈ ਹੈ ਉਪਭਾਸ਼ਾ ਦਾ ਦੇਵਾਰ ਦੇ ਜਿਹੜਾ ਰਿਕਾਰਡ ਹੁੰਦਾ ਨੂੰ ਐਟਲਸ ਬੋਲਿਆ ਜਾਂਦਾ ਟੀ ਉਪਭਾਸ਼ਾ ਦਾ ਰਿਕਾਰਡ ਰੱਖਣ ਵਾਲਾ ਐਟਲਸ ਠੀਕ ਹੈ ਜੀ ਉਪਪਾਸ਼ਾ ਦਾ ਐਟਲਸ ਖਾਕਾ ਤਿਆਰ ਕੀਤਾ ਗਿਆ ਹੈ ਗਰੀ ਗਰੀਅਸ ਗਰੀਅਰਸਨ ਨੇ ਇਸ ਜਿਹੜਾ ਐਟਲਸ ਹੈ ਤਿਆਰ ਕੀਤਾ ਸੀਗਾ ਇਹਨਾਂ ਦੇ ਦੁਆਰਾ ਇਹ ਜਿਹੜਾ ਐਟਲਸ ਹੈ ਉਹ ਤਿਆਰ ਕੀਤਾ ਗਿਆ ਸੀਗਾ ਗਰੀਅਰਸਨ ਦੇ ਦੁਆਰਾ ਇਸ ਵਿੱਚ ਉਪਪਾਸ਼ਾ ਦੇ ਨਾਮ ਡੇਟਾ ਇਕੱਠਾ ਕੀਤਾ ਗਿਆ ਹੈ ਠੀਕ ਹੈ ਨਾਮ ਡੇਟਾ ਉਪਪਾਸ਼ਾਵ ਦੇ ਨਾਮ ਕੀ ਹੈ ਪੂਰਾ ਡੇਟਾ ਡਿਟੇਲ ਇਕੱਠੀ ਕੀਤੀ ਗਈ ਹੈ ਅ ਗਰੀਅਸਨ ਨੇ ਉਪਪਾਸ਼ਾ ਦੀ ਜਿਹੜੀ ਖੋਜ ਹੈ ਉਹ ਕੀਤੀ ਹੈ ਕੱਜినా ਦੁਆਰਾ ਜਿਹੜੀ ਖੋਜ ਆ ਉਹ ਕੀਤੀ ਗਈ ਹੈ ਗਰੀਜ਼ਨ ਗਰੀਜ਼ਨ ਲਿਖਿਆ ਜੀ ਗਰੀਜ਼ਨ ਹੈ ਜੀ ਗਰੀਜ਼ਨ ਠੀਕ ਹੈ ਜੀ ਗਰੀਜ਼ਨ ਇਹਨੂੰ ਕਰਨਾ ਜੀ ਠੀਕ ਹੈ ਜੀ ਗਰੀਜ਼ਨ ਠੀਕ ਹੈ ਓਕੇ ਜੀ ਹਾਂਜੀ ਨੈਕਸਟ ਆ ਜੀ ਹੁਣ ਜੇਕਰ ਆਪਾਂ ਗੱਲ ਕਰੀਏਗੇ ਹੁਣ ਅੱਜ ਦੇ ਸਮੇਂ ਦੀ ਜੇਕਰ ਆਪਾਂ ਗੱਲ ਕਰੀ ਤਾਂ ਉਪਪਸ਼ਾਵਾਂ ਜਿਹੜੀਆਂ ਆਪਸ ਦੇ ਵਿੱਚ ਰਲ ਗਈਆਂ ਨੇ ਕਿਉਂ ਰਲ ਗਈਆਂ ਨੇ ਕਿਉਂਕਿ ਲੋਕ ਇੱਕ ਦੂਜੇ ਦੇ ਜਿਹੜਾ ਸੰਪਰਕ ਦੇ ਵਿੱਚ ਜਿਹੜਾ ਕੰਟੈਕਟ ਦੇ ਵਿੱਚ ਉਹ ਆ ਰਹੇ ਨੇ ਹਨਾ ਪਹਿਲਾਂ ਕੀ ਹੁੰਦਾ ਸੀ ਪੁਰਾਣੇ ਟਾਈਮ ਦੇ ਵਿੱਚ ਇੱਕ ਤੋਂ ਦੂਸਰੀ ਪਲੇਸ ਤੇ ਜਾਣਾ ਤਾਂ ਤੁਰਕੇ ਹੀ ਜਾਣਾ ਹੁੰਦਾ ਸੀਗਾ ਉਹਨਾ ਲੰਬਾ ਲੰੰਬਾ ਜਿਹੜਾ ਸਫ਼ਰ ਹੁੰਦਾ ਸੀ ਤਾਂ ਲੋਕੀ ਜਿਹੜਾ ਜਾਣਦੇ ਨਹੀਂ ਸੀ ਹੁੰਦੇ ਠੀਕ ਹੈ ਅੱਜ ਦੇ ਟਾਈਮ ਦੇ ਵਿੱਚ ਆਵਾਜਾਈ ਦੀ ਵੀ ਕਲੀ ਇੰਨੀ ਆ ਗਿਆ ਕਿ ਆਪਾਂ ਜਿਹੜਾ ਜਲਦੀ ਜਿਹੜਾ ਬਹੁਤ ਲੰਬਾ ਜਿਹੜਾ ਸਫਰ ਆ ਹੁੰਦਾ ਹੈ ਕਰ ਲੈਣੀਆਂ ਇੱਕ ਥਾਂ ਤੋਂ ਦੂਸਰੀ ਪਲੇਸ ਤੇ ਚਲੇ ਜਾਣੇ ਪਰ ਜੇਕਰ ਪੁਰਾਣੇ ਸਮੇਂ ਦੀ ਗੱਲ ਕਰੀਏ ਤਾਂ ਉਦੋਂ ਇਹ ਪੋਸੀਬਲ ਨਹੀਂ ਸੀਗਾ ਤੁਰ ਕੇ ਹੀ ਜੇਕਰ ਕਿਤੇ ਜਾਣਾ ਤਾਂ ਤੁਰ ਕੇ ਹੀ ਜਾਣਾ ਪੈਂਦਾ ਹੁੰਦਾ ਸੀਗਾ ਸੋ ਅੱਜ ਰਲਗੀਆਂ ਨੇ ਜਿਹੜੀਆਂ ਉਪ ਉਪਸ਼ਾਮਾ ਆਪਸ ਦੇ ਵਿੱਚ ਮਿਕਸ ਹੋ ਰਹੀਆਂ ਨੇ ਠੀਕ ਹੈ ਸੋ ਹੋ ਸਕਦਾ ਮਾਜੀ ਵਾਲੇ ਇਲਾਕੇ ਵਾਲੀ ਜਿਹੜੀ ਬੋਲੀ ਉਹ ਮਲਵਈ ਵਾਲੇ ਪਾਸੇ ਵੀ ਬੋਲੀ ਜਾਂਦੀ ਹੋਵੇ ਤਾਂ ਮਲਵਈ ਵਾਲੀ ਜਿਹੜੀ ਬੋਲੀ ਉਹ ਮਾਜੀ ਦੇ ਵਿੱਚ ਬੋਲੀ ਜਾਵੇ ਮਤਲਬ ਇਹ ਵਹਰਾਲੀ ਘੀਆਂ ਨੇ ਆਪਸ ਦੇ ਵਿੱਚ ਠੀਕ ਹੈ ਕਿਉਂਕਿ ਲੋਕ ਸੰਪਰਕ ਦੇ ਵਿੱਚ ਆ ਰਹੇ ਆ ਤੇ ਪੰਜਾਬੀ ਦੀਆਂ ਪ੍ਰਮੁੱਖ ਉਪ ਉਪਸ਼ਾਵਾਂ ਕਿੰਨੀਆਂ ਨੇ ਚਾਰ ਨੇ ਸੋ ਪੰਜਾਬੀ ਦੀਆਂ ਪ੍ਰਮੁੱਖ ਉਪ ਉਪਸ਼ਾਵਾਂ ਕਿੰਨੀਆਂ ਨੇ ਜੀ ਚਾਰ ਨੇ ਕਿਹੜੀ ਕਿਹੜੀ ਮਾਜੀ ਜਿਹੜੀ ਕਿ ਅੰਮ੍ਰਿਤਸਰ ਵਾਲੀ ਸਾਈਡ ਤੇ ਬੋਲੀ ਜਾਂਦੀ ਮਾਜੀ ਮਲਵਈ ਆਪਣੇ ਉਹ ਇਧਰ ਜਿਹੜਾ ਬਠਿੰਡੇ ਵਾਲਾ ਇਲਾਕਾ ਹੋ ਗਿਆ ਮਲਵਈ ਠੀਕ ਹੈ ਜੀ ਮਾਜੀ ਮਲਵਈ ਪੁਆਦੀ ਦੁਆਬੀ ਠੀਕ ਹੈ ਇਹ ਵਾਲੀਆਂ ਪੰਜਾਬੀ ਦੀਆਂ ਜਿਹੜੀਆਂ ਪ੍ਰਮੁੱਖ ਜਿਹੜੀਆਂ ਉਪਪਿਸ਼ਾਵਾਂ ਨੇ ਜੀ ਚਾਰ ਠੀਕ ਹੈ ਜੀ ਮਾਜੀ ਮਲਵਾਈ ਪੁਆਦੀ ਤੇ ਦੁਆਬੀ ਸੋ ਇਹ ਸੀਗੇ ਜੀ ਆਪਣੀ ਪੰਜਾਬੀ ਦੇ ਨਾਲ ਸੰਬੰਧਿਤ ਆਪਣੀ ਜਿਹੜੀ ਕੁਝ ਨੌਲੇਜ ਠੀਕ ਹੈ ਜੇਕਰ ਕੁਇਕ ਕਵਿਜ਼ ਨਾਖੋ ਤੇ ਕੁਇਕ ਕਵਿਜ਼ਨ ਆਪਾਂ ਕਰ ਲੈਨੇ ਆਪਾਂ ਥੋੜਾ ਜਿਹਾ ਕੁਇਕ ਰਿਵੀਜ਼ਨ ਵੈਸਤਾ ਲੋਡ ਵੀ ਨਹੀਂ ਪੰਜਾਬੀ ਵਿੱਚ ਸੁਰ ਕਿੰਨੇ ਆ ਤਿੰਨ ਤਿੰਨ ਸੁਰ ਕਿਹੜੇ ਆ ਉੱਚੀ ਮਦਮ ਨਹੀਂ ਵੀ ਠੀਕ ਹੈ ਪੰਜਾਬੀ ਵਿੱਚ ਅਗੇਤਰ ਪਿਛੇਤਰ ਦੋਨੋਂ ਸ਼ਬਦ ਆ ਤੇ ਪਿਛੇਤਰ ਵਾਲੇ ਜਿਹੜੇ ਜ਼ਿਆਦਾ ਨੇ ਗੁਰਮੁਖੀ ਲਿਪੀ ਦਾ ਜਨਮ ਬ੍ਰਾਹਮੀ ਲਿਪੀ ਦੇ ਵਿੱਚ ਹੋਇਆ ਵਿਤਿਗਤ ਪਾਸ਼ਾ ਜੋ ਆਪਣੀ ਖੁਦ ਦੀ ਭਾਸ਼ਾ ਗੁਪਤ ਭਾਸ਼ਾ ਜੋ ਕਿ ਕੋਡ ਡੀ ਕੋਡ ਦੇ ਵਿੱਚ ਹੁੰਦੀ ਹੈ ਦੂਸਰੇ ਨੂੰ ਸਮਝ ਨਹੀਂ ਆਉਂਦੀ ਫੌਜ ਤੇ ਨਿਆਂ ਸਿੰਘ ਫੌਜ ਦੇ ਦੁਆਰਾ ਜਿਹੜੀ ਵਰਤੀ ਜਾਂਦੀ ਹੈ ਰਜਿਸਟਰ ਸ਼ਬਦ ਜਿੰਦੇ ਵਿੱਚ ਕੰਮ ਜੋ ਕੀਤੇ ਨੇ ਉਹਦੇ ਨਾਲ ਸੰਬੰਧ ਜਿਹੜੀ ਡਿਟੇਲ ਉਹਨੂੰ ਸ਼ਾਮਿਲ ਕੀਤਾ ਜਾਂਦਾ ਦਫਤਰੀ ਭਾਸ਼ਾ ਸਾਡੀ ਪੰਜਾਬੀ ਹੈ ਤੇ ਪੰਜਾਬੀ ਅ ਦੱਤਨਾਂ ਦੇ ਵਿੱਚ ਮਾਝੀ ਰੂਪ ਵਰਤਿਆ ਜਾਂਦਾ ਪੀਜਨ ਜਿਹੜੀ ਕੰਮ ਚਲਾਉ ਭਾਸ਼ਾ ਨੂੰ ਦੀ ਕਰਿਓਲ ਜਦੋਂ ਇਹੀ ਭਾਸ਼ਾ ਕੰਮ ਚਲਾਉ ਭਾਸ਼ਾ ਸਥਾਨਿਕ ਭਾਸ਼ਾ ਬਣ ਜਾਂਦੀ ਹੈ ਤਾਂ ਕਰਿਓਲ ਭਾਸ਼ਾ ਕਿਹਾ ਜਾਂਦਾ ਹੈ ਉਪ ਭਾਸ਼ਾ ਨੂੰ ਅੰਗਰੇਜ਼ੀ ਦੇ ਵਿੱਚ ਡਾਇਲੈਕਟ ਕਿਹਾ ਜਾਂਦਾ ਭੂਗੋਲਿਕ ਦਾ ਆਰਟਿੰਦੀ ਜਿਹੜੀ ਵੰਡ ਹੈ ਜੀ ਠੀਕ ਹੈ ਉਪ ਭਾਸ਼ਾਾਂ ਦੇ ਬਾਰੇ ਵਿੱਚ ਡਿਟੇਲ ਹੈ ਉਹ ਜਿਹੜੀ ਐਟਲਸ ਹੈ ਠੀਕ ਹੈ ਉਹਦੇ ਵਿੱਚ ਜਿਹੜੀ ਰੱਖੀ ਹੈ ਉਹ ਜਾਂਦੀ ਹੈ ਸਾਰੀ ਤੇ ਗਰੀਜ਼ਨ ਨੇ ਇਹਦੇ ਇੰਦੀ ਜਿਹੜੀ ਖੋਜ ਆ ਕੀਤੀ ਸੀ ਇਹਦੇ ਟਾਈਮ ਜਿਹੜੀਆਂ ਪਛਾਵਾਂ ਨੇ ਉਹ ਰਲ ਚੁਕੀਆਂ ਨੇ ਪੂਰੀ ਤਰ੍ਹਾਂ ਨਾਲ ਉਪਪਛਾਵਾਂ ਚਾਰ ਪ੍ਰਕਾਰ ਦੀਆਂ ਪ੍ਰਮੁੱਖ ਉਪਪਛਾਵਾਂ ਨੇ ਜੀ ਮਾਜੀ ਮਲਵੇਈ ਪੁਆਦੀ ਤੇ ਦੋਆਬੀ ਠੀਕ ਹੈ ਜੀ ਸੋ ਇਹ ਸੀਗੇ ਜੀ ਪੰਜਾਬੀ ਦੇ ਨਾਲ ਸੰਬੰਧਿਤ ਨੋਟਸ ਤੇ ਪਲੇਲਿਸਟ ਦੇ ਵਿੱਚ ਵੀਡੀਓ ਤੁਹਾਨੂੰ ਮਿਲ ਜਾਵੇਗੀ ਇਹ ਤੇ ਬਾਕੀ ਆਪਾਂ ਜਲਦੀ ਮਿਲਦੇ ਹਾਂ ਜੀ ਹੋਰ ਵੀ ਵੀਡੀਓ ਤੁਹਾਨੂੰ ਮੈਂ ਪ੍ਰੋਵਾਈਡ ਕਰਵਾਵਾਂਗੀ ਟਾਈਮ ਟੂ ਟਾਈਮ ਸੋ ਵੀਡੀਓ ਵਧੀਆ ਲੱਗੀ ਹੈ ਜੀ ਤੇ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਤੇ ਜੇਕਰ ਹਾਈਟਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦਿਓ ਤਾਂ ਜੋ ਮੇਰੀਆਂ ਆਉਣ ਵਾਲੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕਣ ਥੈਂਕਸ ਫॉर ਵਾਚਿੰਗ